ਗੱਲ ਚੋਣ ਸੁਧਾਰਾਂ ਦੀ ਗੱਲ ਕਰ ਲਈਏ ਵੈਸੇ ਪਿੱਛੇ ਜੇ ਖਬਰ ਵੀ ਆਈ ਸੀ ਕਿ ਬਈ ਇਤਿਹਾਸਕ ਫੈਸਲਾ ਸੁਪਰੀਮ ਕੋਰਟ ਦਾ ਹੁਣ ਕਹਿੰਦੇ ਜੀ ਕਿ ਮਾਮਲਾ ਜਿਹੜਾ ਉਹ ਲੱਗਦਾ ਨਹੀਂ ਕਿ ਬਈ ਖੈਰ ਪਊਗੀ ਚੋਣ ਸੁਧਾਰਾਂ ਦਾ ਚੋਣ ਸੁਧਾਰਾਂ ਤੇ ਗੱਲ ਕਰ ਲਈਏ ਥੋੜੀ ਜ਼ਰੂਰੀ ਵੀ ਹੈ ਇਲੈਕਸ਼ਨ ਕਮਿਸ਼ਨ ਤੇ ਵੈਸੇ ਵੀ ਤਾਂ 2024 ਲੱਗ ਗਈ ਆ ਗਿਆ ਬਹੁਤੀ ਦੂਰ ਤੇ ਰਹਿਣੀ ਗਿਆ ਨਹੀਂ ਮੇਰੇ ਖਿਆਲ ਦੇ ਨਾਲ ਹੁਣ ਨਹੀਂ ਹੈ ਕਿਸੇ ਤੇ ਵੀ ਕੰਮ ਕਰਨਗੇ ਜੀ ਕਿਉਂਕਿ ਚੋਣ ਸੁਧਾਰਾਂ ਵਾਲਾ ਮਸਲਾ ਕੀ ਹੈ ਕਿ ਇੱਕ ਤਾਂ ਇਹਨਾਂ ਨੇ ਲਿਆਂਦਾ ਸੀਗਾ ਉਹ ਰਿਮੋਟ voting ਸਿਸਟਮ ਵਾਲਾ ਜੀ ਉਹ ਵੀ ਵਿੱਚ ਵਿਚਾਲੇ ਰਹੇ ਗਿਆ ਕਿਉਂਕਿ ਬਹੁਤ ਸਾਰੀਆਂ ਵਿਰੋਧੀ ਧਿਰਾਂ ਨੇ ਸਵਾਲ ਚੁੱਕ ਦਿੱਤੇ ਜੀ ਫਿਰ ਇੱਕ ਸੀਗਾ ਇਹਨਾਂ ਦਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਜੀ ਉਹ ਨਰਿੰਦਰ ਮੋਦੀ ਜੀ ਦਾ ਸੁਪਨਾ ਸੀਗਾ ਜੀ ਉਹ ਸੁਪਨਾ ਵੀ ਬਸ ਸੁਪਨਾ ਹੀ ਰਹਿ ਗਿਆ ਜੀ ਤੇ ਇੱਕ ਹੋਰ ਸੀਗਾ ਕਿ ਜੋ ਵਿਅਕਤੀ ਇਲੈਕਸ਼ਨ ਲੜਦਾ ਹੈ ਜੀ ਉਹ ਇੱਕੋ ਹੀ ਸੀਟ ਤੋਂ ਇਲੈਕਸ਼ਨ ਲੜੇ ਜੀ ਮਤਲਬ ਕਿ ਉਹਦੀ ਜਿਹੜੀ ਚੋਣ ਲੜਨ ਵਾਲੀ ਹੈਗੀ ਆ ਪ੍ਰਥਾ ਕਿ ਉਹ ਇੱਕ ਤੋਂ ਵਧੇਰੇ ਸੀਟਾਂ ਤੇ ਲੜ ਸਕਦਾ ਹੈ ਜੀ ਇਹਨੂੰ ਤੋੜ ਦਿੱਤਾ ਜਾਵੇ ਤਿੰਨ ਚਾਰ ਰਿਫਾਰਮਸ ਸੀਗੇ ਜਿਹੜੇ ਪਾਈਪਲਾਈਨ ਚ ਸੀਗੇ ਜੀ ਜਾਂ ਜਿਨ੍ਹਾਂ ਤੇ ਕਮ ਬੜੀ شدت ਦੇ ਨਾਲ ਇਹ ਕਰ ਰਹੇ ਸੀ ਜਾਂ ਕਰਨ ਜਾ ਰਹੇ ਸੀਗੇ ਜੀ ਸੋ ਲਿਆਦਾ ਹੁਣ ਲੱਗਦਾ ਕਿ ਗੱਲਾਂ ਸਾਰੀਆਂ ਉਹ ਠੰਡੇ ਬਸਤੇ ਚ ਚਲੇ ਗਈਆਂ ਨੇਮਾਨ ਸਾਹਿਬ ਜੀ ਕਿਉਂ ਕਿ ਸਰਕਾਰ ਅੱਛਾ ਇਹਨਾਂ ਕੋਲ ਕਾਨੂੰਨ ਬਣਾਉਣ ਵਾਸਤੇ ਤਾਕਤ ਨਹੀਂ ਹੈਗੀ ਚੋਣ ਕਮਿਸ਼ਨ ਪਹਿਲੀ ਗੱਲ ਤੇ ਆ ਕਿ ਇਹਦੇ ਚ ਵੀ ਸਾਨੂੰ ਕੁਛ ਨਾ ਕੁਛ ਸੋਚਣਾ ਪਵੇਗਾ ਕਿ ਅਸੀਂ ਜਿਸ ਤਰ੍ਹਾਂ ਡੈਮੋਕ੍ਰੇਸੀ ਜਿਹੜੀ ਹੈ ਉਹ ਆਪਣੀ ਚਲਾ ਰਹੇ ਆ ਕਿ ਸਭ ਤੋਂ ਵੱਡਾ ਲੋਕਤੰਤਰ ਤੇ ਜਿਹਦਾ ਸਭ ਤੋਂ ਵੱਡਾ ਇਲੈਕਸ਼ਨ ਕਰਵਾਉਣ ਵਾਲਾ ਅਦਾਰਾ ਹੈ ਜਾਂ ਕਹਿ ਲਓ ਕਿ ਇੱਕ ਸੰਸਥਾ ਹੈ ਜੀ ਉਹਦੇ ਕੋਲ ਆਪ ਨਿਯਮ ਕਾਨੂੰਨ ਬਣਾਉਣ ਦੀ ਕੋਈ ਸ਼ਕਤੀ ਹੈ ਨਹੀਂਗੇ ਜੀ ਉਹ ਸ਼ਕਤੀ ਹੀਨ ਹੈ ਤੱਕ ਕਿ ਹੁਣ ਮੌਕਾ ਨਹੀਂ ਆ ਗਿਆ ਕਿ ਸੋਧ ਕਰਕੇ ਉਹਨਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਜਾਵੇ ਤਾ ਕਿ ਉਹ ਸਿਆਸਤ ਦੇ ਝੂਲੇ ਠੋ ਨਿਕਲਣ ਖੁਦ ਮਖਤਿਆਰ ਸੰਸਥਾ ਬਣੇ ਕਿ ਭਾਈ ਆਰ ਰਫોર્ਮਸ ਕਰਨਾ ਤਾਂ ਇਹ ਹੋਏਗਾ ਹੀ ਹੋਏਗਾ ਕੋਈ ਪਾਰਟੀ ਮੰਨੇ ਜਾਂ ਨਾ ਮੰਨੇ ਜੀ ਪਰ ਉਹ ਐਸਾ ਹੋਏਗਾ ਤਾਂ ਫਿਰ ਸਿਆਸਤ ਦੀਆਂ ਬਾਹਾਂ ਵੱਡੀਆਂ ਜਾਣਗੀਆਂ ਜੀ ਸੋ ਇਸ ਕਰਕੇ ਬੜੀ ਹਾਸੋ ਹੀ ਨਹੀਂ ਗੱਲ ਹੈ ਕਿ ਐਡੇ ਵੱਡੇ ਮੁਲਕ ਦੇ ਐਡੇ ਵੱਡੇ ਡੈਮੋਕਰੈਟਿਕ ਢਾਂਚੇ ਦੇ ਵਿੱਚ ਚੋਣ ਕਮਿਸ਼ਨ ਬੋੜਾ ਬਗਿਆੜਾ ਉਹ ਤੇ ਦੰਦ ਹੀ ਐ ਨਹੀਂ ਉਹਦੀ ਕੋਈ ਦਹਿਸ਼ਤ ਨਹੀਂ ਹੈਗੀ ਆ ਤੁਸੀਂ ਦੇਖ ਲਓ ਮੁਕਦਮੇ ਮਾਡਲ ਕੋਡ ਆਫ ਕੰਡਕਟਰ ਦੇ ਵਿੱਚ ਦਰਜ ਕਰਦੇ ਨੇ ਇਹਦੇ ਤੇ ਮੁਕਦਮਾ ਕੀ ਹੋ ਜਾਂਦਾ ਉਹਨਾਂ ਦਾ ਕੁਛ ਨਹੀਂ ਹੁੰਦਾ ਉਹ ਜਿਵੇਂ ਇਲੈਕਸ਼ਨ ਓਵਰ ਹੁੰਦਾ ਬਸ ਉਹ ਫਾਈਲ ਬਣ ਕੇ ਤੇ ক্লোਜ਼ ਹੋ ਜਾਂਦੀ ਹੈ ਸੋ ਜਦੋਂ ਤੱਕ ਇਹਨੂੰ ਤੁਸੀਂ ਖੁਦ ਮਖਤਿਆਰ ਨਹੀਂ ਕਰੋਗੇ ਹੈ ਤਾਂ ਕੈਨ ਨੂੰ ਤਾਂ ਖੁਦ ਮਖਤਿਆਰ ਹੈ ਜੀ ਪਰ ਉਹ ਕਾਨੂੰਨ ਬਣਾਉਣ ਦੇ ਮਾਮਲੇ 'ਚ ਜਦੋਂ ਤੱਕ ਨਿਯਮ ਬਣਾਉਣ ਦੇ ਮਾਮਲੇ 'ਚ ਉਹ ਖੁਦ ਮਖਤਿਆਰ ਨਹੀਂ ਹੋਏਗੀ ਤੇ ਫਿਰ ਉਦੋਂ ਤੱਕ ਗੱਲ ਨਹੀਂ ਬਣੇਗੀ ਤਾਂ ਹੁਣ ਇਹਨਾਂ ਨੇ ਕਾਨੂੰਨ ਬਣਾਉਣੇ ਆ ਕਿਉਂ ਇਹ ਪੰਗਾ ਲੈਣਗੇ ਇਸ ਦੌਰ ਦੇ ਵਿੱਚ ਜਦੋਂ ਇਲੈਕਸ਼ਨ ਬਹੁਤ ਨੇੜੇ ਆ ਸੋ ਇਸ ਕਰਕੇ ਰਿਫਾਰਮਸ ਵਾਲੀ ਜਿਹੜੇ ਆ ਕਾਫੀ ਆਪਾਂ ਸ਼ੋਰ ਸ਼ਰਾਬੇ ਵਾਲੀ ਗੱਲ ਸੁਣਦੇ ਸਾਂ ਕਿ ਰਿਫਾਰਮਸ ਹੋ ਸਕਦੇ ਹੋ ਸਕਦੇ ਹੋ ਹਾਲਤੀ ਕਿੜੀ ਬੰਦ ਆ ਚੱਟ